ਆਏ ਦਿਨ ਮੌਸਮ ਬਦਲਦਾ ਨਜ਼ਰ ਆ ਰਿਹਾ। ਕੁਛ ਕੁ ਸੂਬਿਆਂ ਦੇ ਵਿੱਚ ਹੜ੍ਹ ਤੱਕ ਦੀ ਜਿਹੜੀ ਨੌਬਤ ਆਉਂਦੀ ਹੋਈ ਨਜ਼ਰ ਆਈ, ਪਰ ਕਿਤੇ ਨਾ ਕਿਤੇ ਪੰਜਾਬ ਦੇ ਅਤੇ ਜੋ ਕੁਛ ਹਰਿਆਣਾ ਦੇ ਇਲਾਕੇ ਵੀ ਬਾਰਿਸ਼ ਤੋਂ ਵਾਂਝੇ ਹੁੰਦੇ ਨਜ਼ਰ ਆਏ। ਮੁੜ ਤੋਂ ਜਿਹੜਾ ਕਿ ਮੌਸਮ ਦਾ ਹਾਲ ਜਾਣ ਲੈਂਦੇ ਹਾਂ ਕਿ ਕਿੰਨੇ ਦਿਨ ਤੱਕ ਬਾਰਿਸ਼ ਆ ਸਕਦੀ ਹੈ ਅਤੇ ਕਿਹੜੇ ਇਲਾਕਿਆਂ ਦੇ ਵਿੱਚ ਬਾਰਿਸ਼ ਹੋਈ। ਸਾਡੇ ਨਾਲ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਜੀ ਮੌਜੂਦ ਨੇ। ਸੁਰਿੰਦਰ ਜੀ, ਲਗਾਤਾਰ ਮੌਸਮ ਬਦਲ ਰਿਹਾ ਹੈਗਾ, ਮੌਨਸੂਨ ਅਸੀਂ ਅੱਧ 'ਚ ਆ ਚੁੱਕੇ, ਮਤਲਬ ਮਹੀਨਾ ਬੀਤਣ ਵਾਲਾ ਹੈਗਾ, ਅਤੇ ਕਿਸ ਇਲਾਕਿਆਂ ਦੇ ਵਿੱਚ ਬਾਰਿਸ਼ ਆਉਣ ਦੀ ਸੰਭਾਵਨਾ ਗੀ ਇਸ ਹਫ਼ਤੇ ਦੇ ਵਿੱਚ ਵਿੱਚ ਕਿਹੜੇ ਇਲਾਕਿਆਂ ਦੇ ਵਿੱਚ ਪੈ ਸਕਦੀ? ਦੇਖੋ, ਬਹੁਤ ਜ਼ਿਆਦਾ ਚਾਂਸਿਸ ਤਾਂ ਨਹੀਂ ਹੈਗੇ ਪੰਜਾਬ ਵਿੱਚ, ਕਿਉਂਕਿ ਜਿਹੜਾ ਮੀਂਹ ਪੈ ਰਿਹਾ ਉਹ ਨੌਰਥ ਈਸਟ ਪੰਜਾਬ ਜਾਂ ਕੁਛ ਨੌਰਥ ਪੰਜਾਬ ਅਤੇ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਇਲਾਕਿਆਂ 'ਤੇ ਪੈ ਰਿਹਾ। ਲੇਕਿਨ ਅਗਲੇ 3 ਦਿਨਾਂ 'ਚ ਕੁਛ ਹੈਗਾ ਮੀਂਹ, ਮਤਲਬ ਇੰਨਾ ਨਹੀਂ ਪਊਗਾ, ਲੇਕਿਨ ਕੁਛ ਕੁਛ ਇਲਾਕੇ ਕੁਛ ਕੁਛ ਥਾਵਾਂ 'ਤੇ ਜ਼ਰੂਰ ਪਊਗਾ। 3 ਤਰੀਕ ਨੂੰ, 11-12 ਤਰੀਕ ਨੂੰ ਚਾਂਸਿਸ ਹੈਗੇ ਆ ਕਿ ਪੰਜਾਬ ਦੇ ਕੁਛ ਇਲਾਕਿਆਂ ਵਿੱਚ, ਉਹਦੇ 'ਚ ਵੈਸਟਰਨ ਪੰਜਾਬ ਵੀ ਆ ਸਕਦਾ ਜਿੱਥੇ ਬਹੁਤ ਘੱਟ ਮੀਂਹ ਪਿਆ, ਕੁਛ ਰੇਨਫਾਲ ਵਧੂਗਾ, ਲੇਕਿਨ 2 ਦਿਨ ਤੋਂ ਬਾਅਦ ਕੁਛ ਰੇਨਫਾਲ ਐਕਟੀਵਿਟੀ ਵਧੂਗੀ। ਲੇਕਿਨ ਓਵਰਆਲ ਮੌਨਸੂਨ ਇੰਨਾ ਚੰਗਾ ਨਹੀਂ ਹੈਗਾ, ਔਰ ਇਹ ਜ਼ਰੂਰ ਹੈਗਾ ਕਿ ਵਿੱਚ ਵਿੱਚ ਜਿਹੜਾ ਹੈਗਾ ਸਕੈਟਰ ਰੇਨਫਾਲ ਰਹੂੰਗੀ, ਲੇਕਿਨ ਵਾਈਡ ਸਪਰੈਡ ਰੇਨਫਾਲ ਦੇ ਚਾਂਸਿਸ ਅਜੇ ਤੱਕ ਬਹੁਤ ਘੱਟ ਹੈਗੇ, ਘੱਟੋ ਘੱਟ ਅਗਲੇ 4-5 ਦਿਨ। ਜਿਹੜਾ ਮੌਨਸੂਨ ਹੈਗਾ, ਮੌਨਸੂਨ ਠੀਕ ਠਾਕ ਹਰਿਆਣਾ, ਸਾਊਥ ਹਰਿਆਣਾ 'ਚ, ਉੱਥੇ ਉੱਧਰ ਜ਼ਿਆਦਾ ਹੈ, ਉੱਥੇ ਮੀਂਹ ਚੰਗਾ ਵੀ ਪੈ ਰਿਹਾ, ਅੱਜ ਵੀ ਚੰਗਾ ਉੱਥੇ ਹੋਊਗਾ। ਲੇਕਿਨ ਉੱਪਰ ਆ ਕੇ ਤੁਸੀਂ ਦੇਖੋਗੇ ਤਾਂ ਪੰਜਾਬ 'ਚ ਜ਼ਿਆਦਾਤਰ ਏਰੀਆ ਵਿੱਚ ਜਿਹੜਾ ਹੈਗਾ ਮੌਨਸੂਨ ਜਿਹੜਾ ਕਮਜ਼ੋਰ ਹੀ ਰਹੂਗਾ, ਇੰਨਾ ਖਾਸ ਨਹੀਂ ਹੈਗਾ। ਅਤੇ ਚੰਡੀਗੜ੍ਹ ਅਤੇ ਮੋਹਾਲੀ ਦਾ ਜੋ ਇਲਾਕਾ ਆ ਜਾਂਦਾ, ਜਿੱਥੇ ਕਹਿ ਸਕਦੇ ਕਿ ਸਾਡੀ ਟ੍ਰਾਈ ਸਿਟੀ ਵਾਲੀ ਬੈਲਟ ਹੈ, ਇੱਥੇ ਕਿੰਨਾ ਕੁ ਮੀਂਹ ਆ? ਚਾਂਸਿਸ ਹੈਗੇ ਆ, ਕਿਉਂਕਿ ਜਦੋਂ ਹੀ ਮੌਨਸੂਨ ਸਾਊਥ ਹਰਿਆਣਾ ਤੋਂ ਉੱਪਰ ਆਊਗਾ ਤਾਂ ਜਿਹੜੇ ਮਾਊਂਟੇਨਸ ਨਾਲ ਹਿੱਲਣ ਨਾਲ, ਕਿਉਂਕਿ ਚੰਡੀਗੜ੍ਹ ਜਿਹੜਾ ਹੈ 10 ਫੁੱਟ ਹਿੱਲ 'ਤੇ ਹੈਗਾ, ਇੱਥੇ ਚਾਂਸਿਸ ਹੈਗੇ ਆ ਕਿ ਪੰਚਕੂਲਾ, ਚੰਡੀਗੜ੍ਹ, ਮੋਹਾਲੀ ਦੇ ਕੁਛ ਏਰੀਆ ਵਿੱਚ 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 ਜਿਹੜੇ ਹੈਗੇ ਮੀਂਹ ਜ਼ਰੂਰ ਪਊਗਾ ਜਿੱਦਾਂ ਅਗਲੇ 3 ਦਿਨਾਂ ਵਿੱਚ। ਲੇਕਿਨ ਰੈਗੂਲਰ ਮੀਂਹ ਔਰ ਚੰਗਾ ਮੀਂਹ ਜਿੱਦਾਂ ਅਸੀਂ ਕਹਿੰਦੇ ਕਿ ਲਗਾਤਾਰ ਵਾਈਡ ਸਪਰੈਡ, ਉਹ ਚਾਂਸ ਬੜਾ ਘੱਟ ਇੱਥੇ ਵੀ ਹੈਗਾ। ਲੇਕਿਨ ਮੈਂ ਜਿੱਦਾਂ ਕਿਹਾ ਕਿ ਅਗਲੇ 2 ਦਿਨ ਬਾਅਦ ਚਾਂਸਿਸ ਹੈਗੇ ਕੁਛ ਰੇਨਫਲੈਕਟਿਵ ਵਧੂਗੀ ਪੰਜਾਬ 'ਚ ਵੀ, ਕੁਛ ਏਰੀਆ ਵਿੱਚ ਜਿਹੜਾ ਹੋਰ ਵੀ ਘਟੂ ਤਾਪਮਾਨ ਘਟੇਗਾ ਅਤੇ ਠੰਡ ਜੀ 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 ਤਾਪਮਾਨ ਘਟੂਗਾ ਜ਼ਰੂਰ, ਕਿਉਂਕਿ ਮੀਂਹ ਪੈ ਰਿਹਾ, ਪਹਾੜਾਂ 'ਚ ਵੀ ਮੀਂਹ ਪੈ ਰਿਹਾ, ਉਹ 'ਤੇ ਜਿਹੜੇ ਪੰਜਾਬ ਦੇ ਜਿਹੜੇ ਜ਼ਿਲ੍ਹੇ ਜਿਹੜੇ ਮਾਊਂਟੇਨ ਦੇ ਨਾਲ ਜ਼ਿਲ੍ਹੇ ਲੱਗਦੇ ਆ, ਜਿਹੜੇ ਪਹਾੜਾਂ ਦੇ ਨਾਲ ਜ਼ਿਲ੍ਹੇ ਲੱਗਦੇ, ਉੱਥੇ ਤਾਪਮਾਨ ਘੱਟ ਰਹੂਗਾ। ਵੈਸਟਰਨ ਪੰਜਾਬ 'ਚ ਜ਼ਰੂਰ ਦਿੱਕਤ ਹੈਗੀ ਹੈ, ਕਿਉਂਕਿ ਉੱਥੇ ਮੀਂਹ ਨਹੀਂ ਪੈ ਰਿਹਾ, ਲੇਕਿਨ ਉੱਥੇ ਮੈਨੂੰ ਲੱਗਦਾ ਕਿ 2 ਦਿਨਾਂ ਬਾਅਦ ਉੱਥੇ ਵੀ ਕੁਛ ਰਿਲੀਫ ਮਿਲਣ ਦੇ ਚਾਂਸਿਸ ਹੈਗੇ। ਡਾਕਟਰ ਸਾਹਿਬ, ਇਹਦਾ ਕੀ ਕਾਰਨ ਰਹਿੰਦਾ ਗਾ ਕਿ ਜੋ ਕੁਛ ਇਲਾਕੇ ਜਿਵੇਂ ਜੋ ਬਾਰਡਰ ਏਰੀਆ ਦੇ ਨਾਲ ਟੱਚ ਕਰਦੇ, ਪਾਕਿਸਤਾਨ ਦੇ ਏਰੀਆ ਦੇ ਨਾਲ ਟੱਚ ਕਰਦੇ, ਜਿਵੇਂ ਮੁਕਤਸਰ, ਬਰਨਾਲਾ ਜਾਂ ਮਾਨਸਾ ਏਰੀਆ ਆ ਜਾਂਦਾ, ਉੱਥੇ ਬਾਰਿਸ਼ਾਂ ਬਹੁਤ ਘੱਟ ਪਈਆਂ, ਇਹਦਾ ਠੀਕ ਹੈ? ਮੌਨਸੂਨ ਜਿਹੜਾ ਹੈਗਾ ਉਹ ਜਿਹੜਾ ਈਸਟ ਤੋਂ ਆਉਂਦਾ ਗਾ, ਪੂਰਬੀ ਜਿਹੜਾ ਬੇ ਆਫ ਬੰਗਾਲ, ਉੱਥੋਂ ਮੌਨਸੂਨ ਦੀ ਹਵਾ ਸਾਡੇ ਇਲਾਕੇ ਵਿੱਚ ਆਉਂਦੀਆਂ ਹੈਗੀਆਂ। ਲੇਕਿਨ ਜਦੋਂ ਇਹ ਹਵਾ ਕਮਜ਼ੋਰ ਹੁੰਦੀ, ਇਸ ਸਾਲ ਤੁਸੀਂ ਦੇਖਿਆ ਕਿ ਮੌਨਸੂਨਾਂ ਕਾਫੀ ਕਮਜ਼ੋਰ ਹੈਗੀਆਂ, ਹਵਾ ਵੀ ਕਮਜ਼ੋਰ ਹੈਗੀਆਂ, ਤਾਂ ਉਹ ਹਵਾ ਜਿਹੜੀ ਹੈਗੀਆਂ ਸਾਡੇ ਵੈਸਟਰਨ ਪੰਜਾਬ 'ਚ ਨਹੀਂ ਪਹੁੰਚ ਸਕਦੀਆਂ। ਉਹ ਜ਼ਿਆਦਾਤਰ ਤੁਹਾਡਾ ਜਿਹੜਾ ਆਪਣਾ ਦੁਆਬਾ ਹੋ ਗਿਆ, ਮੈਕਸਿਮ ਉੱਥੇ ਤੱਕ ਹਵਾ ਰਹਿੰਦੀ ਹੈ, ਫਿਰ ਸਾਡਾ ਇਹ ਵਾਲਾ ਇਲਾਕਾ ਬਿਲਕੁਲ। ਅਗਰ ਇਹਦੇ ਨਾਲ ਪੱਛਮੀ ਵਿਕਸ਼ੋਭ ਵੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਪੱਛਮੀ ਵਿਕਸ਼ੋਭ ਚੰਗਾ ਹੁੰਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਮੌਨਸੂਨ ਦੇ ਪੱਛਮੀ ਵਿਕਸ਼ੋਭ ਨਾਲ ਲੱਗ ਕੇ ਜਿਹੜਾ ਹੈਗਾ ਪੰਜਾਬ 'ਚ ਵਾਈਡ ਸਪਰੈਡ ਰੇਨਫਾਲ ਹੋ ਜਾਂਦੀ, ਉਹਦੇ ਵਿੱਚ ਵੈਸਟਰਨ ਪੰਜਾਬ ਵੀ ਆ ਜਾਂਦਾ। ਲੇਕਿਨ ਇਸ ਸਾਲ ਇੱਦਾਂ ਦਾ ਨਹੀਂ ਹੈ ਸੀਨ, ਇਸ ਸਾਲ ਤਾਂ ਇਹ ਹੈਗਾ ਕਿ ਜਿਹੜਾ ਬੇ ਆਫ ਬੰਗਾਲ ਤੋਂ ਸਾਡਾ ਵਿੰਡਸ ਆ ਰਹੀਆਂ, ਹਵਾ ਆ ਰਹੀਆਂ ਮੌਨਸੂਨ ਦੀਆਂ, ਉਹ ਅਗਰ ਕਮਜ਼ੋਰ ਹੈਗੀਆਂ ਤਾਂ ਉਹ ਵੈਸਟਰਨ ਪਾਰਟ ਬਿਲਕੁਲ ਜੋ ਹੈ ਬਾਰਿਸ਼ ਦੇ ਬਿਨਾਂ। ਜੀ ਜੀ ਜੀ, ਮੌਨਸੂਨ ਐਤਕੀ ਲੇਟ ਵੀ ਆਇਆ ਹੈਗਾ, ਅਤੇ ਕਿੰਨਾ ਸਮਾਂ ਤੱਕ ਜਿਹੜਾ ਰੁਕੂਗਾ ਹੁਣ ਇਹ
ਅੱਜ ਕੱਲ੍ਹ ਤਾਂ ਮੌਨਸੂਨ ਸਪਟੈਂਬਰ ਤੱਕ, ਬਾਈ ਐਂਡ ਸਪਟੈਂਬਰ ਤੱਕ ਚਾਂਸਿਸ ਹੈਗੇ ਕਿ ਮੌਨਸੂਨ ਰਹੂਗਾ। ਅਜੇ ਤੱਕ ਵੀ ਮਤਲਬ ਇਹ ਹੈਗੇ ਕਿ 1.5 ਮਹੀਨਾ ਜਾਂ ਤੁਸੀਂ ਕਹਿ ਲਓ ਕਿ ਮੌਨਸੂਨ ਹੋ ਰਹਿਣ ਦੀ ਚਾਂਸਿਸ ਜ਼ਰੂਰ ਹੈਗੇ। ਔਰ ਮੈਨੂੰ ਲੱਗਦਾ ਕਿ ਅਗਸਤ ਐਂਡ ਔਰ ਸਪਟੈਂਬਰ 'ਚ ਕੁਛ ਰਿਕਵਰੀ ਵੀ ਹੋਊਗੀ, ਜਿਹੜਾ ਘਾਟਾ ਹੈ ਮੌਨਸੂਨ ਦਾ ਉਹਦੇ 'ਚ ਉਹਦੇ ਪੂਰੇ ਹੋਣ ਦੇ ਚਾਂਸਿਸ ਵੀ ਹੈਗੇ। ਤਾਂ ਸਿੱਧੇ ਤੌਰ 'ਤੇ ਲਗਾਤਾਰ ਬਹੁਤ ਸਾਰੇ ਲੋਕ ਆਸ ਵੀ ਲਗਾ ਰਹੇ ਨੇ, ਕਿਸਾਨ ਵੀ ਲਗਾਤਾਰ ਉਡੀਕ ਦੇ ਵਿੱਚ ਨੇ ਬਾਰਿਸ਼ਾਂ ਦੇ ਵਿੱਚ, ਪਰ ਕਿਤੇ ਨਾ ਕਿਤੇ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜੋ ਪੰਜਾਬ ਦਾ ਜੋ ਉੱਤਰੀ ਏਰੀਆ ਪੈ ਜਾਂਦਾ ਜਿਵੇਂ ਗੁਰਦਾਸਪੁਰ ਜਾਂ ਪਠਾਨਕੋਟ ਦਾ ਇਲਾਕਾ ਜਾਂ ਹੁਸ਼ਿਆਰਪੁਰ ਦਾ ਇਲਾਕਾ, ਉੱਥੇ ਬਾਰਿਸ਼ ਪੈਣ ਦੇ ਜੋ ਚਾਂਸਿਸ ਹੈਗੇ ਨੇ, ਪਰ ਕਿਤੇ ਨਾ ਕਿਤੇ ਜੋ ਜੋ ਬਾਰਡਰ ਏਰੀਆ ਦੀ ਬੈਲਟ ਆ ਉੱਥੇ ਕਿਤੇ ਨਾ ਕਿਤੇ ਦੁਬਾਰਾ ਤੋਂ ਜਿਹੜਾ ਡਰਾਈ ਰਹੇਗਾ। ਚੰਡੀਗੜ੍ਹ ਅਤੇ ਮੋਹਾਲੀ ਦੇ ਇਸ ਇਲਾਕੇ ਦੇ ਵਿੱਚ ਵੀ ਕੁਛ ਦਿਨਾਂ ਦੇ ਵਿੱਚ ਜਿਹੜਾ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਕੈਮਰਾ ਪਰਸਨ ਸੁਰਿੰਦਰ ਦੇ ਨਾਲ ਮੈਂ ਦਲਜੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।